ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਤੁਹਾਨੂੰ ਬਣਾਉਣਾ ਦੱਸੂੰਗੀ ਇਹ ਵਾਲਾ ਡਿਜ਼ਾਇਨ। ਇਸ ਡਿਜ਼ਾਇਨ ਨੂੰ ਬਣਾਉਣ ਦੇ ਲਈ ਆਪਾਂ ਨੂੰ ਸਿਲਾਈ ਉੱਪਰ 8-8 ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਚਾਹੀਦੇ ਨੇ ਅਤੇ 2 ਕੁੰਡੇ ਵੱਧ। ਚਲੋ ਜੀ ਸਟਾਰਟ ਕਰਦੇ ਹਾਂ ਆਪਾਂ ਡਿਜ਼ਾਇਨ ਬਣਾਉਣਾ। ਇਸ ਡਿਜ਼ਾਇਨ ਦੀ ਪਹਿਲੀ ਸਿਲਾਈ, ਪਹਿਲੇ 2 ਕੁੰਡੇ ਆਪਾਂ ਉਲਟੇ ਬੁਣਾਂਗੇ, ਧਾਗਾ ਦੂਸਰੀ ਸਾਈਡ, 6 ਕੁੰਡੇ ਸਿੱਧੇ ਬਣਾਂਗੇ। 1, 2, 3, 4, 5, 6 2 ਕੁੰਡੇ ਉਲਟੇ, 6 ਕੁੰਡੇ ਸਿੱਧੇ। ਇਹਨਾਂ 8 ਕੁੰਡਿਆਂ ਨੂੰ ਆਪਾਂ ਪੂਰੀ ਸਿਲਾਈ 'ਚ ਵਾਰ ਵਾਰ ਰਿਪੀਟ ਕਰਦੇ ਜਾਵਾਂਗੇ। ਧਾਗਾ ਆਪਣੀ ਸਾਈਡ, 2 ਕੁੰਡੇ ਉਲਟੇ, ਧਾਗਾ ਦੂਸਰੀ ਸਾਈਡ, 6 ਕੁੰਡੇ ਸਿੱਧੇ। ਧਾਗਾ ਆਪਣੀ ਸਾਈਡ, 2 ਕੁੰਡੇ ਉਲਟੇ, ਧਾਗਾ ਦੂਸਰੀ ਸਾਈਡ, 6 ਕੁੰਡੇ ਸਿੱਧੇ। ਧਾਗਾ ਆਪਣੀ ਸਾਈਡ, 2 ਕੁੰਡੇ ਉਲਟੇ, ਧਾਗਾ ਦੂਸਰੀ ਸਾਈਡ, 6 ਕੁੰਡੇ ਸਿੱਧੇ। ਧਾਗਾ ਆਪਣੀ ਸਾਈਡ, 2 ਕੁੰਡੇ ਉਲਟੇ, ਦੂਸਰੀ ਸਿਲਾਈ ਉਲਟੀ ਸਾਈਡ ਤੋਂ, 2 ਕੁੰਡੇ ਸਿੱਧੇ, 1, 2 ਧਾਗਾ ਆਪਣੀ ਸਾਈਡ, 6 ਕੁੰਡੇ ਉਲਟੇ, 1, 2, 3, 4, 5, 6 2 ਕੁੰਡੇ ਸਿੱਧੇ, 6 ਕੁੰਡੇ ਉਲਟੇ। ਪੂਰੀ ਸਿਲਾਈ 'ਚ ਇਹਨਾਂ ਨੂੰ ਵਾਰ ਵਾਰ ਰਿਪੀਟ ਕਰਦੇ ਜਾਵਾਂਗੇ। ਧਾਗਾ ਦੂਸਰੀ ਸਾਈਡ, 2 ਕੁੰਡੇ ਸਿੱਧੇ, ਧਾਗਾ ਆਪਣੀ ਸਾਈਡ, 6 ਕੁੰਡੇ ਉਲਟੇ, ਧਾਗਾ ਦੂਸਰੀ ਸਾਈਡ, 2 ਕੁੰਡੇ ਸਿੱਧੇ, ਧਾਗਾ ਆਪਣੀ ਸਾਈਡ, 6 ਕੁੰਡੇ ਉਲਟੇ। ਧਾਗਾ ਦੂਸਰੀ ਸਾਈਡ, 2 ਕੁੰਡੇ ਸਿੱਧੇ, ਧਾਗਾ ਆਪਣੀ ਸਾਈਡ, 6 ਕੁੰਡੇ ਉਲਟੇ। ਧਾਗਾ ਦੂਸਰੀ ਸਾਈਡ, 2 ਕੁੰਡੇ ਸਿੱਧੇ। ਤੀਸਰੀ ਸਿਲਾਈ ਸਿੱਧੀ ਸਾਈਡ ਤੋਂ ਸੇਮ ਪਹਿਲੀ ਸਿਲਾਈ ਦੀ ਤਰ੍ਹਾਂ ਹੀ ਬੁਣਾਂਗੇ। ਪਹਿਲੇ 2 ਕੁੰਡੇ ਉਲਟੇ, ਧਾਗਾ ਦੂਸਰੀ ਸਾਈਡ, 6 ਕੁੰਡੇ ਸਿੱਧੇ, 1, 2, 3, 4, 5, 6 ਇਹਨਾਂ 8 ਕੁੰਡਿਆਂ ਨੂੰ ਆਪਾਂ ਵਾਰ ਵਾਰ ਰਿਪੀਟ ਕਰਾਂਗੇ ਪੂਰੀ ਸਿਲਾਈ 'ਚ। 2 ਕੁੰਡੇ ਉਲਟੇ, 6 ਕੁੰਡੇ ਸਿੱਧੇ। ਦੋ ਕੁੰਡੇ ਉਲਟੇ, 6 ਕੁੰਡੇ ਸਿੱਧੇ। ਦੋ ਕੁੰਡੇ ਉਲਟੇ, 6 ਕੁੰਡੇ ਸਿੱਧੇ। ਦੋ ਕੁੰਡੇ ਉਲਟੇ, 4th ਸਿਲਾਈ। ਇਸ ਸਿਲਾਈ ਵੱਲ ਖਾਸ ਧਿਆਨ ਦਿਓ ਜੀ। 2 ਕੁੰਡੇ ਸਿੱਧੇ, ਧਾਗਾ ਆਪਣੇ ਵੱਲ, 1 ਕੁੰਡਾ ਉਲਟਾ, ਅਤੇ ਸਿਲਾਈ ਪ੍ਰੈਸ ਤਰ੍ਹਾਂ ਬਲ ਪਾਵਾਂਗੇ। 1 ਕੁੰਡਾ ਉਲਟਾ ਬੁਣਾਂਗੇ, ਸਿਲਾਈ ਪ੍ਰੈਸ ਤਰ੍ਹਾਂ ਬਲ ਪਾਵਾਂਗੇ। 1 ਕੁੰਡਾ ਉਲਟਾ ਬੁਣਾਂਗੇ, ਸਿਲਾਈ ਪ੍ਰੈਸ ਤਰ੍ਹਾਂ ਬਲ ਪਾਵਾਂਗੇ। 1 ਕੁੰਡਾ ਉਲਟਾ ਬੁਣਾਂਗੇ, ਸਿਲਾਈ ਪ੍ਰੈਸ ਤਰ੍ਹਾਂ ਬਲ ਪਾਵਾਂਗੇ। 1 ਕੁੰਡਾ ਉਲਟਾ ਬੁਣਾਂਗੇ, ਸਿਲਾਈ ਪ੍ਰੈਸ ਤਰ੍ਹਾਂ ਬਲ ਪਾਵਾਂਗੇ। 1 ਕੁੰਡਾ ਉਲਟਾ ਬੁਣਾਂਗੇ, 2 ਕੁੰਡੇ ਸਿੱਧੇ, 1 ਕੁੰਡਾ ਬੁਣਾਂਗੇ, 1 ਬਲ ਪਾਵਾਂਗੇ। 1 ਕੁੰਡਾ ਬੁਣਾਂਗੇ, 1 ਬਲ ਪਾਵਾਂਗੇ। ਇਹਨਾਂ 8 ਕੁੰਡਿਆਂ ਨੂੰ ਆਪਾਂ ਵਾਰ ਵਾਰ ਰਿਪੀਟ ਕਰਦੇ ਜਾਵਾਂਗੇ। ਧਾਗਾ ਦੂਸਰੀ ਸਾਈਡ, 2 ਕੁੰਡੇ ਸਿੱਧੇ, ਧਾਗਾ ਆਪਣੀ ਸਾਈਡ, 1 ਕੁੰਡਾ ਬੁਣਾਂਗੇ, 1 ਬਲ ਪਾਵਾਂਗੇ। 1 ਬੁਣਾਂਗੇ, 1 ਬਲ ਪਾਵਾਂਗੇ। 1 ਕੁੰਡਾ ਬੁਣਾਂਗੇ, 1 ਕੁੰਡਾ ਬਲ ਪਾਵਾਂਗੇ। 1 ਕੁੰਡਾ ਬੁਣਾਂਗੇ, 1 ਬਲ ਪਾਵਾਂਗੇ। 1 ਕੁੰਡਾ ਬੁਣਾਂਗੇ, 1 ਬਲ ਪਾਵਾਂਗੇ। 1 ਕੁੰਡਾ ਬੁਣਾਂਗੇ। ਸਾਰੀ ਸਿਲਾਈ ਜੀ ਆਪਾਂ ਇਸ ਤਰ੍ਹਾਂ ਹੀ ਰਿਪੀਟ ਕਰਾਂਗੇ। 2 ਕੁੰਡੇ ਸਿੱਧੇ,
ਧਾਗਾ ਆਪਣੀ ਸਾਈਡ, ਇੱਕ ਕੁੰਡਾ ਬੁਣਾਂਗੇ ਇੱਕ ਬਲ ਪਾਵਾਂਗੇ, ਇੱਕ ਕੁੰਡਾ ਬੁਣਾਂਗੇ ਇੱਕ ਬਲ ਪਾਵਾਂਗੇ, ਇੱਕ ਕੁੰਡਾ ਬੁਣਾਂਗੇ ਇੱਕ ਇਸ ਤਰ੍ਹਾਂ ਬਲ ਪਾਵਾਂਗੇ, ਇੱਕ ਕੁੰਡਾ ਬੁਣਾਂਗੇ ਇੱਕ ਬਲ ਪਾਵਾਂਗੇ, ਇੱਕ ਕੁੰਡਾ ਬੁਣਾਂਗੇ ਇੱਕ ਬਲ ਪਾਵਾਂਗੇ, ਇੱਕ ਕੁੰਡਾ ਬੁਣਾਂਗੇ। ਧਾਗਾ ਦੂਸਰੀ ਸਾਈਡ, ਦੋ ਕੁੰਡੇ ਸਿੱਧੇ। ਧਾਗਾ ਆਪਣੀ ਸਾਈਡ, ਇੱਕ ਕੁੰਡਾ ਬੁਣਾਂਗੇ ਇੱਕ ਬਲ ਪਾਵਾਂਗੇ, 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 ਇੱਕ ਕੁੰਡਾ ਬੁਣਾਂਗੇ। ਧਾਗਾ ਦੂਸਰੀ ਸਾਈਡ, ਦੋ ਕੁੰਡੇ ਸਿੱਧੇ। ਚੌਥੀ ਸਿਲਾਈ ਆਪਣੀ ਕੰਪਲੀਟ ਹੋ ਗਈ। ਸਿੱਧੀ ਸਾਈਡ ਤੋਂ ਪੰਜਵੀਂ ਸਿਲਾਈ, ਪਹਿਲੇ ਦੋ ਕੁੰਡੇ ਉਲਟੇ ਬਣਾਂਗੇ। ਧਾਗਾ ਦੂਸਰੀ ਸਾਈਡ, ਜਿਹੜਾ ਇਹ ਕੁੰਡਾ ਆਪਣੇ ਕੋਲ ਬੁਣਿਆ ਹੋਇਆ ਇਹਨੂੰ ਛੱਡ ਕੇ ਜਿਹੜਾ ਬਲ ਪਾਇਆ ਹੋਇਆ ਬੈਕ ਸਾਈਡ 'ਤੇ ਬਲ ਵਾਲੇ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਬੁਣਾਂਗੇ। ਇਹਨਾਂ ਦੋਹਾਂ ਕੁੰਡੇ ਨੂੰ ਆਪਾਂ ਸਿਲਾਈ 'ਚ ਉਤਾਰ ਦੇਵਾਂਗੇ। ਜਿਹੜਾ ਪਹਿਲਾ ਕੁੰਡਾ ਇਹਨੂੰ ਇਸ ਤਰ੍ਹਾਂ ਆਪਾਂ ਸਿਲਾਈ ਦੁਬਾਰਾ ਉਠਾ ਕੇ ਜਿਹੜਾ ਇਹ ਵਾਲਾ ਬੁਣਿਆ ਹੋਇਆ ਕੁੰਡਾ ਇਹਦੇ ਉੱਪਰ ਦੀ ਉਤਾਰ ਦੇਵਾਂਗੇ ਇਸ ਤਰ੍ਹਾਂ। ਬਲ ਵਾਲਾ ਕੁੰਡਾ ਫਿਰ ਬੁਣਾਂਗੇ ਆਪਾਂ ਇਸ ਤਰ੍ਹਾਂ, ਦੋਹਾਂ ਕੁੰਡਿਆਂ ਨੂੰ ਉਤਾਰ ਦੇਵਾਂਗੇ। ਇਹ ਬੁਣਿਆ ਹੋਇਆ ਕੁੰਡਾ ਇਹਦੇ ਉੱਪਰ ਦੀ ਉਤਾਰ ਦੇਵਾਂਗੇ, ਫਿਰ ਬਲ ਵਾਲਾ ਕੁੰਡਾ ਆਪਾਂ ਬੁਣਾਂਗੇ ਇਸ ਤਰ੍ਹਾਂ, ਦੋਹੇ ਕੁੰਡੇ ਉਤਾਰਾਂਗੇ। ਇਹ ਬੁਣਿਆ ਹੋਇਆ ਕੁੰਡਾ ਇਸ ਕੁੰਡੇ ਦੇ ਉੱਪਰ ਦੀ ਇਸ ਤਰ੍ਹਾਂ ਉਤਾਰ ਦੇਵਾਂਗੇ, ਬਲ ਵਾਲਾ ਕੁੰਡਾ ਫਿਰ ਬੁਣਾਂਗੇ ਆਪਾਂ ਇਸ ਤਰ੍ਹਾਂ, ਦੋਹਾਂ ਕੁੰਡਿਆਂ ਨੂੰ ਉਤਾਰਾਂਗੇ। ਇਹ ਬੁਣਿਆ ਹੋਇਆ ਕੁੰਡਾ ਇਸ ਕੁੰਡੇ ਦੇ ਉੱਪਰ ਦੀ ਉਤਾਰ ਦਾਂਗੇ, ਬਲ ਵਾਲਾ ਕੁੰਡਾ ਬੁਣਾਂਗੇ, ਦੋਹਾਂ ਕੁੰਡਿਆਂ ਨੂੰ ਉਤਾਰਾਂਗੇ ਅਤੇ ਬੁਣਿਆ ਹੋਇਆ ਕੁੰਡਾ ਇਸ ਕੁੰਡੇ ਦੇ ਉੱਤੋਂ ਦੀ ਉਤਾਰ ਦੇਵਾਂਗੇ, ਇਸ ਕੁੰਡੇ ਨੂੰ ਆਪਾਂ ਸਿੱਧਾ ਬੁਣ ਲਵਾਂਗੇ। ਇਹ ਦੇਖੋ ਜੀ, ਇਹ ਦੋ ਕੁੰਡੇ ਆਪਣੇ ਕੋਲ ਉਲਟੇ ਨੇ, ਇੱਕ ਦੋ ਤਿੰਨ ਚਾਰ ਪੰਜ ਛੇ, ਆਪਣੇ ਕੋਲ ਛੇ ਦੇ ਛੇ ਕੁੰਡੇ ਪੂਰੇ ਹੋ ਗਏ। ਜਿਹੜੇ ਬੁਣੇ ਹੋਏ ਕੁੰਡੇ ਸੀ ਉਹ ਆਪਣੇ ਉਤਾਰ ਦਿੱਤੇ, ਜਿਹੜੇ ਬਲ ਵਾਲੇ ਕੁੰਡੇ ਸੀ ਉਹਨਾਂ ਨਾਲ ਆਪਣੇ ਕੁੰਡੇ ਪੂਰੇ ਕਰ ਲਏ। ਪੂਰੀ ਸਿਲਾਈ ਦੇ ਵਿੱਚ ਇਹਨਾਂ ਅੱਠ ਕੁੰਡਿਆਂ ਨੂੰ ਆਪਾਂ ਵਾਰ ਵਾਰ ਰਿਪੀਟ ਕਰਾਂਗੇ। ਧਾਗਾ ਆਪਣੀ ਸਾਈਡ, ਦੋ ਕੁੰਡੇ ਉਲਟੇ। ਧਾਗਾ ਦੂਸਰੀ ਸਾਈਡ, ਬਲ ਵਾਲਾ ਕੁੰਡਾ ਪਹਿਲਾਂ ਬੁਣਾਂਗੇ, ਪਹਿਲੇ ਕੁੰਡੇ ਨੂੰ ਛੱਡ ਕੇ ਇਸ ਤਰ੍ਹਾਂ, ਦੋਹੇ ਕੁੰਡਿਆਂ ਨੂੰ ਉਤਾਰਾਂਗੇ, ਬੁਣਿਆ ਹੋਇਆ ਕੁੰਡਾ ਪਹਿਲੇ ਕੁੰਡੇ ਦੇ ਉੱਪਰ ਦੀ ਉਤਾਰ ਦੇਵਾਂਗੇ, ਬਲ ਵਾਲਾ ਕੁੰਡਾ ਆਪਾਂ ਬੁਣਾਂਗੇ, ਦੋਹੇ ਕੁੰਡੇ ਉਤਾਰਾਂਗੇ ਅਤੇ ਬੁਣਿਆ ਹੋਇਆ ਕੁੰਡਾ ਇਸ ਕੁੰਡੇ ਦੇ ਉੱਪਰ ਦੀ ਇਸ ਤਰ੍ਹਾਂ ਉਤਾਰ ਦੇਵਾਂਗੇ, ਬਲ ਵਾਲਾ ਕੁੰਡਾ ਆਪਾਂ ਬੁਣਾਂਗੇ, ਦੋਹੇ ਕੁੰਡੇ ਉਤਾਰਾਂਗੇ, ਇਹ ਵਾਲਾ ਕੁੰਡਾ ਇਸ ਕੁੰਡੇ ਦੇ ਉੱਪਰ ਦੀ ਉਤਾਰ ਦੇਵਾਂਗੇ, ਬਲ ਵਾਲਾ ਕੁੰਡਾ ਆਪਾਂ ਬੁਣਾਂਗੇ, ਇਹ ਵਾਲਾ ਕੁੰਡਾ ਆਪਾਂ ਇਸ ਕੁੰਡੇ ਦੇ ਉੱਪਰ ਦੀ ਉਤਾਰ ਦੇਵਾਂਗੇ, ਬਲ ਵਾਲਾ ਕੁੰਡਾ ਆਪਾਂ ਬੁਣਾਂਗੇ ਇਸ ਤਰ੍ਹਾਂ, ਇਹ ਵਾਲਾ ਕੁੰਡਾ ਆਪਾਂ ਇਸ ਕੁੰਡੇ ਦੇ ਉੱਪਰ ਦੀ ਉਤਾਰ ਦੇਵਾਂਗੇ, ਲਾਸਟ ਵਿੱਚ ਇਹ ਕੁੰਡਾ ਬੁਣ ਲਵਾਂਗੇ। ਧਾਗਾ ਆਪਣੀ ਸਾਈਡ, ਦੋ ਕੁੰਡੇ ਉਲਟੇ। ਧਾਗਾ ਦੂਸਰੀ ਸਾਈਡ, ਬਲ ਵਾਲਾ ਕੁੰਡਾ ਬੁਣਾਂਗੇ ਆਪਾਂ, ਦੋਹੇ ਕੁੰਡੇ ਉਤਾਰਾਂਗੇ, ਇਹ ਬੁਣਿਆ ਹੋਇਆ ਕੁੰਡਾ ਇਸ ਕੁੰਡੇ ਦੇ ਉੱਪਰ ਦੀ ਉਤਾਰ ਦਾਂਗੇ, ਬਲ ਵਾਲਾ ਕੁੰਡਾ ਬੁਣਾਂਗੇ, ਇਸ ਬੁਣੇ ਹੋਏ ਕੁੰਡੇ ਨੂੰ ਇਸ ਦੇ ਉੱਪਰ ਦੀ ਉਤਾਰ ਦਾਂਗੇ, ਬਲ ਵਾਲਾ ਕੁੰਡਾ ਆਪਾਂ ਬੁਣਾਂਗੇ, ਬੁਣਿਆ ਹੋਇਆ ਕੁੰਡਾ ਇਸ ਕੁੰਡੇ ਦੇ ਉੱਤੋਂ ਦੀ ਉਤਾਰ ਦਾਂਗੇ, ਬਲ ਵਾਲਾ ਕੁੰਡਾ ਆਪਾਂ ਬੁਣਾਂਗੇ, ਇਹ ਬੁਣਿਆ ਹੋਇਆ ਕੁੰਡਾ ਇਸ ਕੁੰਡੇ ਦੇ ਉੱਤੋਂ ਦੀ ਉਤਾਰ ਦਾਂਗੇ, ਬਲ ਵਾਲਾ ਕੁੰਡਾ ਆਪਾਂ ਬੁਣਾਂਗੇ, ਇਹ ਕੁੰਡਾ ਇਸ ਕੁੰਡੇ ਦੇ ਉੱਪਰ ਦੀ ਉਤਾਰ ਦੇਵਾਂਗੇ, ਲਾਸਟ ਵਿੱਚ ਇਸ ਕੁੰਡੇ ਨੂੰ ਆਪਾਂ ਸਿੱਧਾ ਬੁਣ ਲਵਾਂਗੇ।
धागा अपनी साइड दो कुंडे उल्टे, धागा दूसरी साइड, पहला कुंडा सट के बाल वाला कुंडा आप बुनाएंगे। इस कुंडे इस तरह उतार के बुने हुआ कुंडा इस कुंडे के ऊपर दी उतार लाँगे, बाल वाला कुंडा आप बुनाएंगे। इस कुंडे इस तरह इस कुंडे के ऊपर दी उतार देवे, बाल वाला कुंडा बुनाएंगे। ये कुंडे इस तरह उतार के ये बुने हुआ कुंडा इसके ऊपर दी उतार देंगे, बाल वाला कुंडा बुनाएंगे। बुने हुए कुंडा इसके ऊपर दी उतार देंगे, बाल वाला कुंडा बुनाएंगे। ये कुंडा इसके ऊपर दी उतार देंगे। लास्ट में इस कुंडे को आप सीधा बुन लवेंगे, धागा अपनी साइड दो कुंडे उल्टे, सेमी सिलाई दो कुंडे सीधे, धागा अपनी साइड से कुंडे उल्टे। इन अठ कुंडे नूं आपां बार बार रिपीट करते जावांगे, दो कुंडे सीधे, अठ कुंडे उल्टे। दो कुंडे सीधे, छे कुंडे उल्टे। दो कुंडे सीधे, छे कुंडे उल्टे। दो कुंडे सीधे। इन्हां छे सिलाइयां नूं बार बार रिपीट करते जाओ ते इक शानदार डिजाइन तैयार करते जाओ। वीडियो नूं लाइक शेयर और चैनल नूं सबसक्राइब जरूर करियो जी। थैंक यू।